ਕੱਲ ਤਾਂ ਨਾ ਫੇਸਬੁੱਕ ਤੇ ਪਹਿਲਾਂ ਤਾਂ ਕਿੰਨੀ ਵੱਡੀ ਕੁਰਬਾਨੀ ਆ ਆਪਾਂ ਇਹਨੂੰ ਖੁਦਕੁਸ਼ੀ ਨਾਲ ਲਿਖੀ ਯਾਰ ਹਨਾ ਖੁਦਕੁਸ਼ੀ ਤੇ ਕੁਰਬਾਨੀ 'ਚ ਬਹੁਤ ਫਰਕ ਹੁੰਦਾ ਤੇ ਕਈ ਲੋਕ ਕੀ ਲਿਖ ਰਹੇ ਆ ਸਿੱਖ ਖੁਦਕੁਸ਼ੀ ਨਹੀਂ ਕਰਦੇ ਇਹ ਨਹੀਂ ਯਾਰ ਉਹਨੂੰ ਗਲਤ ਪਾਸੇ ਨਾ ਲੈ ਕੇ ਜਾਓ ਉਹ ਬਹੁਤ ਵੱਡੀ ਕੁਰਬਾਨੀ ਆ ਜੇ ਕਿਸੇ ਕੋਲੇ ਪੰਜ ਪੈਸੇ ਆ ਅਗਲਾ ਉਹ ਦਾਨ ਕਰ ਰਿਹਾ ਜੇ ਕਿਸੇ ਕੋਲੇ ਕੋਈ ਆਪਾਂ ਲੰਗਰ ਲਾ ਰਹੇ ਹਾਂ ਕੋਈ ਬੰਦਾ ਆ ਕੇ ਅਵਾਰਡ ਵਾਪਸ ਕਰ ਰਿਹਾ ਯਾਰ ਕਿੱਡੀ ਵੱਡੀ ਕੁਰਬਾਨੀ ਆ ਉਹ ਪਰਮਾਤਮਾ ਨੂੰ ਜੀਵਨ ਲੀਲਾ ਖਤਮ ਕਰਕੇ ਉਹਨੇ ਸਰੀਰ ਹੀ ਆਪਦਾ ਜਿਹੜਾ ਆਪਦੀ ਜ਼ਿੰਦਗੀ ਆ ਉਹ ਸਾਨੀ ਸਿੰਘ ਦੇ ਲੇਖੇ ਲਾਤੀ ਇਹ ਤੂੰ ਵੱਡੀ ਕੁਰਬਾਨੀ ਨਹੀਂ ਹੋ ਸਕਦੀ ਇਹਨੂੰ ਖੁਦਕੁਸ਼ੀ ਨਾ ਅਪਣਾਓ ਇਹ ਖੁਦਕੁਸ਼ੀ ਨਹੀਂ ਆਪਦਾ ਜਿਹੜਾ ਜ਼ਿੰਦਗੀ ਨੂੰ ਸਮਾਪਤ ਕਰ ਲੈਣਾ ਜ਼ਿੰਦਗੀ ਨੂੰ ਲੇਖੇ ਲਾ ਦੇਣਾ ਕਿਸਾਨੀ ਸੰਘਰਸ਼ ਦੇ ਤੋਂ ਇਸ ਤੋਂ ਵੱਡੀ ਕੁਰਬਾਨੀ ਨਹੀਂ ਹੋ ਸਕਦੀ ਉਹ ਇਹੋ ਜਿਹੀਆਂ ਸ਼ਖਸੀਅਤਾਂ ਇਹੋ ਜਿਹੀਆਂ ਰੂਹਾਂ ਬਹੁਤ ਘੱਟ ਪੈਦਾ ਹੁੰਦੀਆਂ ਨੇ ਜਿਹੜੀ ਬਾਬਾ ਰਾਮ ਸਿੰਘ ਸੀਗਣੇ ਵਾਲਿਆਂ ਨੇ ਕੁਰਬਾਨੀ ਕੀਤੀ ਆ ਇਹ ਇੱਕ ਬਹੁਤ ਜਿਹੜੀ ਆ ਹਲੂਣਨ ਵਾਲੀ ਸੰਘਰਸ਼ਾਂ ਚ ਆਈਆਂ ਖੜੋਤਾਂ ਨੂੰ ਆਪਾਂ ਵਾਰ ਕੇ ਅੱਗੇ ਤੋਰਨ ਵਾਲੀ ਕੁਰਬਾਨੀ ਆ ਇਹ ਇਹਨੂੰ ਤੁਸੀਂ ਉਹ ਨਾ ਬਣਾਓ ਵੀ ਇਹ ਖੁਦਕੁਸ਼ੀ ਸੀ ਇਹ ਕੋਈ ਛੋਟੇ ਦਿਲ ਦੀ ਗੱਲ ਸੀ ਸੰਘਰਸ਼ ਜਦੋਂ ਚੱਲਦੇ ਨੇ ਨਾ ਉਹਨਾਂ 'ਚ ਕਈ ਵਾਰੀ ਕੰਮ ਰੁਕਣ ਲੱਗ ਜਾਂਦਾ ਜਿਵੇਂ ਥੋੜ੍ਹਾ ਥੋੜ੍ਹਾ ਹੁੰਦਾ ਸੀ ਵੀ ਕਿ ਗੱਲਬਾਤ ਚੱਲ ਨਹੀਂ ਰਹੀ ਹਜੇ ਬੈਠੇ ਹਾਂ ਉਧਰੋਂ ਗੱਲਬਾਤ ਇੱਕ ਤਰ੍ਹਾਂ ਮਖਰੋਤ ਨੂੰ ਭੰਨਣ ਦੇ ਲਈ ਆਪਦੇ ਆਪ ਦੀ ਜ਼ਿੰਦਗੀ ਕੁਰਬਾਨ ਕਰ ਜਾਣੀ ਇਹ ਤੋਂ ਵੱਡੀ ਮੈਨੂੰ ਨਹੀਂ ਲੱਗਦਾ ਕੋਈ ਹੋਰ ਬੰਦਾ ਕੁਰਬਾਨੀ ਕਰ ਸਕਦਾ ਇੱਕ ਨਵਾਂ ਜੋਸ਼ ਭਰ ਕੇ ਜਾਣਾ ਆਪਦੀ ਜਿੰਦ ਵਾਰ ਕੇ ਲੋਕਾਂ ਨੂੰ ਖੜੇ ਕਰਕੇ ਜਾਣਾ ਕੱਲ੍ਹ ਦਾ ਇੱਥੇ ਜਾਹੋ ਜਲਾਲ ਉਹ ਕੁਰਬਾਨੀ ਤੋਂ ਬਾਅਦ ਜਿੱਤੇ ਹਰ ਇੱਕ ਬੰਦੇ ਨੇ ਇਸ ਚੀਜ਼ ਦਾ ਦੁੱਖ ਮਹਿਸੂਸ ਕੀਤਾ ਉਹਨਾਂ ਦੇ ਜਾਣ ਦਾ ਉੱਥੇ ਹਰ ਇੱਕ ਬੰਦੇ 'ਚ ਇੱਕ ਨਵਾਂ ਜਨੂਨ ਨਵੀਂ ਰੂਹ ਫੁੱਕੀ ਗਈ ਆ ਸੰਘਰਸ਼ ਲੜ ਰਹੇ ਹਰੇਕ ਬੰਦੇ 'ਚ ਵੀ ਠੀਕ ਆ ਯਾਰ ਕਿਸੇ ਬੰਦੇ ਨੇ ਆਪਦੀ ਜ਼ਿੰਦਗੀ ਕੁਰਬਾਨ ਕਰਤੀ ਇਹਨੂੰ ਤੁਸੀਂ ਖੁਦਕੁਸ਼ੀ ਨਾਲ ਨਹੀਂ ਜੋੜ ਸਕਦੇ ਇਹ ਇੱਕ ਬਹੁਤ ਵੱਡੀ ਸ਼ਹੀਦੀ ਆ ਬਹੁਤ ਵੱਡੀ ਕੁਰਬਾਨੀ ਆ ਤਾਂ ਇਹੋ ਜਿਹੀਆਂ ਕੋਈ ਬੇਹੁਦੀਆਂ ਫਾਲਤੂ ਗੱਲਾਂ ਕਰਕੇ ਕਿਰਪਾ ਕਰਕੇ ਉਹਨਾਂ ਦੀ ਜਿਹੜੀ ਇਸ ਕੁਰਬਾਨੀ ਨੂੰ ਰੋਲੋ ਨਾ ਉਹ ਸਤਿਕਾਰਯੋਗ ਸੀ ਸਤਿਕਾਰਯੋਗ ਰਹਿਣਗੇ ਉਹ ਸਾਡੇ ਸੰਘਰਸ਼ੀ ਲੋਕਾਂ ਦੇ ਮਨਾਂ 'ਚ ਸਦਾ ਹੀ ਜਿਉਂਦੇ ਰਹਿਣਗੇ ਜਿਹੜਾ ਉਹਨਾਂ ਨੇ ਏਡਾ ਵੱਡਾ ਬਲੀਦਾਨ ਦਿੱਤਾ ਉਹ ਵਿਅਰਥ ਨਹੀਂ ਜਾਊਗਾ ਕੱਲ੍ਹ ਦਾ ਜਿਹੜਾ ਜਾਹੋ ਜਲਾਲ ਆ ਨੌਜਵਾਨਾਂ 'ਚ ਉਹ ਤੋਂ ਬਾਅਦ ਸਾਡੇ ਬਜ਼ੁਰਗਾਂ 'ਚ ਜਿਹੜਾ ਉਹ ਵਧਿਆ ਅਤੇ ਉਹਨਾਂ ਦੀ ਜਿਹੜੀ ਕੁਰਬਾਨੀ ਆ ਉਹ ਇਸ ਗੱਲ ਦਾ ਇਹ ਗੱਲ ਉਹ ਜਿਹੜਾ ਜਾਹੋ ਜਲਾਲ ਵਧਿਆ ਗੱਲ ਉਹਦਾ ਸਬੂਤ ਆ ਵੀ ਉਹਨਾਂ ਦੀ ਕੁਰਬਾਨੀ ਖੁਦਕੁਸ਼ੀ ਨਹੀਂ ਉਹ ਸ਼ਹੀਦੀ ਆ ਜਿਹੜਾ ਉਹਨੇ ਜਨੂਨ ਭਰਿਆ ਸੰਘਰਸ਼ ਦੀ ਖੜੋਤ ਨੂੰ ਜਿਹੜਾ ਤੋਰਨ ਦੇ ਲਈ ਉਹਨਾਂ ਨੇ ਆਪਦਾ ਆਪਦਾ ਬਲੀਦਾਨ ਦਿੱਤਾ ਉਹ ਬੇਅਰਥ ਨਹੀਂ ਜਾਊਗਾ ਨੌਜਵਾਨਾਂ 'ਚ ਇੱਕ ਨਵਾਂ ਜੋਸ਼ ਭਰਿਆ ਗਿਆ ਉਹਦੇ ਨਾਲ ਅਤੇ ਉਹਨਾਂ ਦੀ ਅਸੀਂ ਜਿਹੜੀ ਸ਼ਹੀਦੀ ਨੂੰ ਕੁਰਬਾਨੀ ਨੂੰ ਸਦਾ ਸਲਾਮ ਕਰਦੇ ਰਵਾਂਗੇ ਉਹਨਾਂ ਦੀ ਰੂਹ ਸਦਾ ਹੀ ਸਾਡੇ ਨਾਲ ਲਾ ਸੰਘਰਸ਼ ਆਪਾਂ ਜਿੱਤ ਚੁੱਕੇ ਹਾਂ ਬਸ ਐਲਾਨ ਹੋਣਾ ਬਾਕੀ ਆ ਅਤੇ ਰਾਮ ਸਿੰਘ ਬਾਬੇ ਦੀ ਸ਼ਹੀਦੀ ਕਹੋ ਸ਼ਹੀਦੀਆਂ ਦਾ ਦੌਰ ਸਟਾਰਟ ਹੋ ਗਿਆ ਪਹਿਲੀ ਸ਼ਹੀਦੀ ਆ ਗਈ ਆਪਣੇ ਕੋਲੇ ਬਸ ਇਸ ਤੋਂ ਬਾਅਦ ਇਹ ਸੋਚੋ ਵੀ ਆਪਾਂ ਸਾਰਾ ਪੰਜਾਬ ਹੀ ਸ਼ਹੀਦੀਆਂ ਦੇਵਾਂਗੇ ਜੇ ਆਪਣੀ ਗੱਲ ਨਾ ਮੰਨੀ ਗਈ ਆਪਣੇ ਪੱਲੇ ਵੀ ਇਸ ਤੋਂ ਬਾਅਦ ਕੱਖ ਨਹੀਂ ਰਿਹਾ ਅਤੇ ਨਾ ਹੀ ਹੁਣ ਭਰਾਵਾ ਅਸੀਂ ਮੋਬਾਈਲ 'ਤੇ ਕਹੀਏ ਪੰਜਾਬ ਵਾਲਿਆਂ ਨੂੰ ਵੀ ਉਰੇ ਆ ਜਾਓ ਯਾਰ ਇਕੱਠ ਕਰ ਲਓ ਹੁਣ ਜੇ ਇਸ ਤੋਂ ਬਾਅਦ ਵੀ ਤੁਸੀਂ ਬਸਰਮੋ ਤਾਂ ਤੁਹਾਡਾ ਕੋਈ ਹੱਲ ਨਹੀਂ ਜਿੰਨੇ ਆ ਬਾਈ ਖੜੇ ਮੈਂ ਤਾਂ ਤੁਹਾਨੂੰ ਇਹ ਕਹਿਣਾ ਵੀ ਜੇ ਤੁਹਾਡੇ ਪਿੰਡ ਦੇ ਹਜੇ ਵੀ ਇੱਥੇ ਨਾ ਪਹੁੰਚੇ ਬਾਬਾ ਜੀ ਉਹਨੀ ਖੰਨੇ ਤੋਂ ਨੇ ਯਾਰ ਤੁਸੀਂ ਸੋਚ ਕੇ ਤਾਂ ਦੇਖੋ ਬਾਬਾ ਜੀ ਆਪ ਨੇ ਤਿੰਨ ਇਹਨਾਂ ਦੇ ਪੁੱਤਰ ਨੇ ਸਾਰਾ ਪਰਿਵਾਰ ਲੈ ਕੇ ਇੱਥੇ ਆਏ ਹੋਏ ਨੇ ਜਮਾ ਇਹ ਆਏ ਤੋਂ ਤੁਸੀਂ ਦੋ ਦੋ ਚਾਰ ਚਾਰ ਜਾਣੇ ਆ ਘਰਾਂ 'ਚ ਤੁਹਾਨੂੰ ਇੱਕ ਇੱਕ ਜਾਣੇ ਤੋਂ ਨਹੀਂ ਆਇਆ ਜਾਂਦਾ ਹੁਣ ਤਾਂ ਜੀ ਨਹੀਂ ਕਰਦਾ ਕਹਿਣ ਨੂੰ ਮੈਨੂੰ ਜੀ ਸਾਡੇ ਰਿਸ਼ਤੇਦਾਰ ਦਾ ਫੋਨ ਆਇਆ ਬਾਹਰੋਂ ਉਹ ਕਹਿੰਦਾ ਵੀ ਤੁਸੀਂ ਸਾਰਾ ਪਰਿਵਾਰ ਇੱਥੇ ਆ ਕੋਈ ਗੱਲ ਹੋ ਗਈ ਜਿਹਾ ਸੀਗਾ ਜੀ ਜੇ ਕਿਸਾਨਾਂ ਦੇ ਲੇਖੇ ਪਰਿਵਾਰ ਲੱਗ ਜਵੇ ਹੋਰ ਕੀ ਲੈਣਾ ਬੋਲੇ ਈਸੋ ਨਿਹਾਲ ਹੁਣ ਤਾਂ ਐਵੇਂ ਕਹਿਣ ਦਾ ਫਾਇਦਾ ਨਹੀਂ ਹੁੰਦਾ ਉਹ ਗੱਲ ਆ ਵੀ ਜੇ ਤੁਸੀਂ ਮੱਲੋ ਮਲੀ ਨਹੀਂ ਤੁਰਨਾ ਤਾਂ ਜਿਹੜਾ ਨਾਲ ਲਈ ਉਹ ਗਦਾਰੀ ਆ ਕਰੀਅਰ ਹੈਗਾ ਫਿਰ ਇਸ ਤੋਂ ਬਾਅਦ ਆਪਦੇ ਆਪ ਨੂੰ ਲਾਹਣ ਤਾਂ ਹੀ ਪੈਣਗੀਆਂ ਤੁਹਾਨੂੰ ਜਿਹੜਾ ਆਪਦੇ ਆਪ ਨੂੰ ਮੁੜ ਕੇ ਹਲੂਣੇ ਨਹੀਂ ਦਿੱਤੇ ਜਾਣੇ ਇਸ ਚੀਜ਼ ਨੂੰ ਨਾ ਮਿਸ ਕਰੋ ਪਰਮਾਤਮਾ ਵਾਰੀ ਵਾਰੀ ਮੌਕੇ ਨਹੀਂ ਦਿੰਦਾ ਹੁੰਦਾ ਸੰਘਰਸ਼ ਲੜਨ ਦੇ ਵਾਰੀ ਵਾਰੀ ਕਿਸੇ ਕੌਮ ਲਈ ਇਹੋ ਜਿਹੇ ਮੌਕੇ ਨਹੀਂ ਪੈਦਾ ਹੁੰਦੇ ਆਪਦੇ ਹੱਕਾਂ ਨੂੰ ਲੈਣ ਦੇ ਤਾਂ ਇੱਕ ਪਰਮਾਤਮਾ ਦਾ ਕੁਦਰਤ ਦਾ ਜਿਹੜਾ ਕੌਤਕ ਵਰਤ ਰਿਹਾ ਇਹਦੇ 'ਚ ਹਿੱਸੇਦਾਰ ਬਣਨ ਦੀ ਕੋਸ਼ਿਸ਼ ਕਰੋ ਹਜੇ ਵੀ ਆਪਦੇ ਆਪ ਨੂੰ ਹਲੂਣੋ ਆਓ ਜ਼ਰੂਰ ਇੱਥੇ ਕੱਖ ਵੱਧ ਰਿਹਾ ਇਹ ਤਾਂ ਭੁਲੇਖੇ 'ਚ ਨਾ ਰਹੋ ਅਫਵਾਹਾਂ 'ਚ ਨਾ ਜਿਓ ਰੋਜ਼ ਦੀ ਰੋਜ਼ ਮੈਂ ਪਰਸੋਂ ਰਾਤ ਦਾ ਇੱਥੇ ਆਇਆ ਹੋਇਆ ਕੱਲ੍ਹ ਅੱਜ ਉਦੋਂ ਜ਼ਿਆਦਾ ਜਲੌਰ ਨਾਲ ਲੋਕ ਆ ਰਹੇ ਨੇ ਹਰ ਰੋਜ਼ ਕੱਠ ਵੱਧ ਰਿਹਾ ਜਿਹੜਾ ਨਹੀਂ ਆਊਗਾ ਤਾਂ ਹੁਣ ਆਪਦਾ ਪਛਤਾਵਾ ਹੀ ਰਹੂਗਾ ਇੱਕ ਗੱਲ ਰੰਧਾਵੇ ਨੇ ਕਿਹਾ ਵੀ ਸ਼ਹੀਦੀ ਦਾ ਦੌਰ ਸ਼ੁਰੂ ਹੋ ਗਿਆ ਬਾਬਾ ਰਾਮ ਸਿੰਘ ਜੀ ਜਿਹੜੇ ਬਹੁਤ ਵਧੀਆ ਕੀਰਤਨ ਵੀ ਕਰਦੇ ਸੀ ਮਿੱਠੀ ਆਵਾਜ਼ ਸੀ ਉਹਨਾਂ ਦੀ ਸੋ ਦਿਲ ਦੁਖਿਆ ਯਾਰ ਜਦੋਂ ਆਹ ਸਟੈਪ ਲਿਆ ਗਿਆ ਸੋਚਿਆ ਨਹੀਂ ਸੀ ਕਿ ਇੱਦਾਂ ਹੋ ਜੂਗਾ ਪਰ ਦੇਖੋ ਮਨ 'ਚ ਉਹਨਾਂ ਦੇ ਕੀ ਆਇਆ ਹੋਊਗਾ ਦਿਲ 'ਚ ਕਿੱਡਾ ਵੱਡਾ ਆਇਆ ਹੋਊਗਾ ਵੀ ਯਾਰ ਮੈਂ ਆਪਦੀ ਜ਼ਿੰਦਗੀ ਵਿੱਚ ਕਹਿੰਦੇ ਕੋਈ ਅਵਾਰਡ ਵਾਪਸ ਕਰ ਰਿਹਾ ਕਿਸੇ ਨੇ ਮੈਡਲ ਕੀਤੇ ਆ ਅਤੇ ਮੈਂ ਆਪਦੀ ਜ਼ਿੰਦਗੀ ਵੀ ਵਾਪਸ ਕਰ ਰਿਹਾ ਯਾਰ ਬਹੁਤ ਵੱਡੀ ਗੱਲ ਆ ਅਤੇ ਉਹਦੇ ਨਾਲ ਮੈਂ ਰੰਧਾਵੇ ਦੀ ਗੱਲ 'ਚ ਐਡ ਕਰਦਾ ਇਹਨੇ ਕਿਹਾ ਸੀ ਸ਼ਹੀਦੀ ਸ਼ੁਰੂ ਹੋ ਗਈ ਜਿਹੜੇ ਹੋਰ 9-10 ਕਿਸਾਨ ਸਾਡੇ ਸ਼ਹੀਦ ਉਹ ਵੀ ਸ਼ਹੀਦ ਹੀ ਕਵਾਂਗੇ ਅਸੀਂ ਚਾਹੇ ਕੋਈ ਐਕਸੀਡੈਂਟ ਦਾ ਮਰਿਆ ਚਾਹੇ ਕੋਈ ਠੰਡ ਨਾਲ ਸੋ ਜਿਹੜੇ ਬਾਹਰਲੇ ਕਹਿੰਦੇ ਅਸੀਂ
ਵੀ ਉਹਨਾਂ ਨੂੰ ਕੁਛ ਨਾ ਕੁਛ ਮਦਦ ਕਰਨੀ ਹੈ ਮਾਲੀ ਤਾਂ ਉਹਨਾਂ ਦੇ ਕਿਸਾਨ ਸਟੇਜ ਤੋਂ ਤੁਸੀਂ ਨੰਬਰ ਲੈ ਸਕਦੇ ਹੋ ਕੰਟੈਕਟ ਐਡਰੈਸ ਵਗੈਰਾ ਲੈ ਸਕਦੇ ਹੋ ਤੇ ਸਿੱਧਾ ਪਰਿਵਾਰਾਂ ਤੱਕ ਪਹੁੰਚ ਕਰਕੇ ਵੀਰ ਬਣ ਕੇ ਸਿੱਧਾ ਕਰੋ ਖੇਚਲ ਹਰ ਉਸ ਘਰ ਤੱਕ ਪਹੁੰਚ ਕਰਨ ਦੀ ਕੋਸ਼ਿਸ਼ ਕਰੋ ਤੇ ਬਚਾਲੇ ਵਾਲਿਆਂ ਤੋਂ ਬਚਿਓ ਜਿੰਨਾ ਬਚਿਆ ਗਿਆ ਮੈਂ ਕਿਸੇ ਨੂੰ ਬਦਨਾਮ ਨਹੀਂ ਕਰਨਾ ਚਾਹੁੰਦਾ ਕਿਸੇ ਨੂੰ ਮਾੜਾ ਨਹੀਂ ਕਹਿਣਾ ਚਾਹੁੰਦਾ ਪਰ ਜਿੰਨਾ ਬਚਿਆ ਗਿਆ ਬਚਾਲੇ ਵਾਲਿਆਂ ਤੋਂ ਬਚਿਓ ਸਿੱਧਾ ਪਰਿਵਾਰਾਂ ਨਾਲ ਸੰਪਰਕ ਕਰਕੇ ਜਿਹੜਾ ਕੋਈ ਮਦਦ ਭਰਾ ਹੈਲਪ ਕਰਨੀ ਚਾਹੁੰਦਾ ਤਾਂ ਸਿੱਧੀ ਕਰਨ ਦੀ ਕੋਸ਼ਿਸ਼ ਕਰਿਓ ਨੰਬਰ ਲੈ ਕੇ ਫੋਨ ਕਰਕੇ ਸਿੱਧਾ ਕਰਿਓ ਨੰਬਰ ਲੈ ਕੇ ਅਗਲੇ ਦੇ ਪਰਿਵਾਰ ਤੱਕ ਹੁਣ ਬਾਈ ਲੋਕ ਕਮੈਂਟਾਂ 'ਚ ਇਹ ਕਹਿੰਦੇ ਨੇ ਵੀ ਹੁਣ ਤਾਂ ਜਿਹੜਾ ਦੂਰਾ ਬੇਸ਼ਰਮੇ ਹੋਊਗਾ ਜਿਹੜਾ ਵੀ ਕਿਹੜਾ ਕਰੇ ਉਹਨੂੰ ਕਹਿੰਦਾ ਕੋਈ ਕਹਿਣ ਦੀ ਲੋੜ ਨਹੀਂ ਹੁਣ ਯਾਰ ਜੀ ਨਹੀਂ ਕਰਦਾ ਲੋਕਾਂ ਨੂੰ ਕਹਿੰਦੇ ਵੀ ਅੱਜ ਜੀ ਸਵੇਰੇ ਵੀ ਸਵੇਰੇ ਵੀ ਬਾਈ ਡੈਥ ਹੋ ਗਈ ਦੋ ਮੁੰਡਿਆਂ ਦੀ ਨਥਾਣੇ ਬਲਾਕ ਚ ਉਹ ਵਿਚਾਰਾ ਪਈ ਰਹਿ ਗਿਆ ਉਹਦੇ ਨਾਲ ਇੱਕ ਫੋਟੋ ਜਿਹੜੀ ਆਈ ਜਾਂਦੀ ਆ ਉਹਨੂੰ ਦੇਖ ਕੇ ਰੋਣ ਆਊਗਾ ਸਾਰੇ ਪੰਜਾਬੀਆਂ ਨੂੰ ਹੁਣ ਯਾਰ ਤੁਹਾਨੂੰ ਕਹਿਣ ਦੀ ਲੋੜ ਨੀ ਹੁਣ ਤਾਂ ਅਸੀਂ ਬਸਾਰ ਮੈਂ ਕਵਾਂਗੇ ਪਿੰਡਾਂ ਜਾ ਕੇ ਲਾਹਣ ਤੇ ਹੀ ਪਾਵਾਂਗੇ ਜਿਹੜੇ ਬੰਦੇ ਹਜੇ ਵੀ ਘਰਾਂ ਚ ਬੈਠੇ ਆ ਇੱਕ ਗੱਲ ਹੋਰ ਸੁਣ ਲਓ ਇਸ ਟਾਈਮ ਜਿਹੜਾ ਪੰਜਾਬੀ ਮੀਡੀਆ ਕੋਈ ਵੀ ਆ ਯਾਰ ਜਿਹੜਾ ਬੰਦਾ ਨੈਗੇਟਿਵ ਬੋਲੂਗਾ ਉਹਨੂੰ ਅਸੀਂ ਗਦਾਰ ਕਹਾਂਗੇ ਇੱਕ ਕਮੈਂਟਰ ਦਾ ਵੀ ਹੋਰ ਆਉਂਦਾ ਉਹ ਐਂ ਕਹਿੰਦੇ ਨੇ ਕਹਿੰਦੇ ਵੀ ਜਿਹੜੇ ਬਾਈ ਉਰੋ ਜੰਦ ਕੇ ਘਰੇ ਜਾਂਦੇ ਨੇ ਜਦੋਂ ਮੁੜਦੇ ਨੇ ਵੀ ਜਿਹੜੇ ਉੱਥੇ ਥੜੇ ਆਉਂਦੇ ਜਾਂ ਲੋਕ ਸੱਥਾਂ 'ਚ ਬਹਿੰਦੇ ਨੇ ਕਹਿੰਦੇ ਨੇ ਤੁਹਾਡਾ ਕੀ ਬਣਿਆ ਹਾਂ ਵੀ ਉਹ ਹਾਂ ਉਹ ਇਹ ਪੁੱਛਦੇ ਨੇ ਇੱਥੇ ਆ ਕੇ ਬਣੂ ਬੜਿਆ ਪਿਆ ਬੜਿਆ ਵੀ ਕੀ ਆ ਸੱਥਾਂ 'ਚ ਬਹਿ ਗਏ ਹਾਂ ਤੁਹਾਡਾ ਵੀ ਕੀ ਬਣ ਗਿਆ ਦਿਲ ਰੋਂਦੇ ਵਾਲੀ ਉਹ ਲੈਣ ਜਿੱਤੇ ਕਰ ਲਿਓ ਵੀ ਜਿੱਤਾਂਗੇ ਜ਼ਰੂਰ ਜਾਰੀ ਆ ਅਸੀਂ ਤਾਂ ਇੱਥੇ ਤੁਸੀਂ ਆ ਕੇ ਮਹਿਸੂਸ ਕਰੋਗੇ ਜਿਹੜੀ ਕਾਨੂੰਨ ਵਾਲੀ ਜਿੱਤ ਤੋਂ ਪਹਿਲਾਂ ਬਹੁਤ ਕੁਝ ਜਿੱਤ ਚੁੱਕੇ ਆ ਇੱਥੇ ਆ ਕੇ ਇੰਨਾ ਹੀ ਦੇਖ ਲਓ ਤੁਸੀਂ ਇੱਥੇ ਬਹੁਤ ਜਿੱਤਾਂ ਤਾਂ ਜਿੱਤ ਚੁੱਕੇ ਆ ਇੰਨਾ ਇੱਕ ਆ ਪੰਜਾਬ ਹਰਿਆਣੇ ਦਾ ਇੱਥੇ ਕੋਈ ਬੰਦਾ ਕਿਸੇ ਨੂੰ ਮਿਲਦਾ ਜੱਫੀ ਪਾ ਕੇ ਮਿਲਦਾ ਹੋਰ ਤੁਸੀਂ ਹੋਰ ਇੱਕ ਗੱਲ ਬਾਈ ਇੱਥੇ ਸਾਰਿਆਂ ਨੂੰ ਵੱਡੀ ਗੱਲ ਹੋਰ ਆ ਦੱਸ ਰਿਹਾ ਤੁਹਾਨੂੰ ਵੀ ਇਹ ਤਾਂ ਚੋਰੀ ਜਮੀ ਨਹੀਂ ਹੁੰਦੀ ਨਾ ਅਸੀਂ ਮੈਦਰ ਦਾ ਵਸ ਤੁਰੇ ਆਉਂਦੇ ਸੀ ਕਿਸੇ ਦੀ ਤੇਲ ਵਾਲੀ ਟੈਂਕੀ ਖੁੱਲੀ ਸੀ ਇੱਕ ਮੁੰਡਾ ਪਰਿਓ ਤੁਰੇ ਆਉਂਦੇ ਉਹ ਖੜਕੇ ਆ ਕੇ ਬੰਦ ਕਰਕੇ ਗਿਆ ਜਿਹੜਾ ਅੱਗੇ ਮਾਹੌਲ ਦਾ ਚੋੜ ਕਰ ਜਾਂਦਾ ਕੋਈ ਮੁੰਡਾ ਤੋੜ ਜਾਂਦਾ ਕਰ ਜਾਂਦਾ ਇੱਥੇ ਲੋਕ ਇੱਕ ਦੂਜੇ ਦੀ ਕੇਅਰ ਕਰਦੇ ਨੇ ਲੋਕੀ ਵਿਚਾਰ ਰਹੇ ਨੇ ਇੰਨਾ ਸਮਾਨ ਆਉਂਦਾ ਅਸੀਂ ਉਹਨਾਂ ਨੂੰ ਹੱਥ ਜੋੜਦੇ ਆ ਔਰ ਮਾਇਆ ਇੰਨੀ ਆਉਂਦੀ ਆ ਅਸੀਂ ਹੱਥ ਜੋੜਦੇ ਆ ਵੀ ਉਹਨਾਂ ਨੂੰ ਦੇ ਦਿਓ ਜਿਹਨਾਂ ਨੂੰ ਲੋੜ ਆ ਤੇ ਇੱਕ ਗੱਲ ਹੋਰ ਸੁਣ ਲਓ ਇੱਕ ਆ ਬੱਬਰ ਬੱਬਰ ਆ ਕੌਣ ਹੈ ਗੈਨੀ ਜੀ ਦੀ ਵੀਡੀਓ ਆਈ ਆ ਇਹ ਐਵੇਂ ਭੌਂਕੀ ਜਾਂਦੇ ਤੇ ਫੌਜ ਚੜ ਗਈ ਪੁਲਿਸ ਚੜ ਗਈ ਇੱਥੇ ਕੋਈ ਹੈਗੀ ਆ ਗੱਲਾਂ ਕੋਈ ਨਹੀਂ ਕੋਈ ਯਾਰ ਕੋਈ ਦੱਸੋ ਵੀ ਹੈਗੀ ਕੋਈ ਦਾਵੇ ਰੁਦਾਵੇ ਬਾਈ ਆਰਮੀ ਤੋਂ ਵਾਪਸ ਜਾ ਰਹੀ ਆ ਹਾਂ ਮੋਦੀ ਦਾ ਆਰਮੀ ਦਾ ਬਿਆਨ ਆਈ ਜਾਂਦੇ ਵਾਪਸ ਜਾ ਰਹੀ ਆ ਨਹੀਂ ਯਾਰ ਫਿਰ ਚੜ ਜੂ ਤਾਂ ਚੜ ਜਾ ਯਾਰ ਯਾਰ ਹਾਂ ਫਿਰ ਕਿਹੜੀ ਗੱਲ ਆ ਚੜ ਜਾ ਯਾਰ ਫੌਜ ਪੁਲਿਸ ਆ ਉਹੀ ਨਾ ਫਾਂਡ ਆਈ ਜਾਇਆ ਕਰੋ ਜਿਹੜਾ ਵੀ ਬੰਦਾ ਪੱਗ ਬੰਨ ਕੇ ਫਾਂਡ ਆਉਂਦਾ ਉਹਨੂੰ ਮੈਂ ਗਦਾਰ ਕਹੂੰਗਾ ਇਦੋਂ ਬਾਅਦ ਆ ਸੰਘਰਸ਼ ਤੋਂ ਬਾਅਦ ਸਾਰਿਆਂ ਨਾਲ ਹਿਸਾਬ ਕਿਤਾਬ ਕਰਨੇ ਆ ਜਿਹੜਾ ਅੱਜ ਬੰਦਾ ਗੰਦ ਪਾ ਰਿਹਾ ਨਾ ਸਾਰਿਆਂ ਨਾਲ ਹਿਸਾਬ ਕਿਤਾਬ ਅਸੀਂ ਕਰਾਂਗੇ ਠੋਕ ਕੇ ਜਾਣ ਜਾਂਦੇ ਆ ਜਾਣਦੇ ਅੱਜ ਪਿੱਛੇ ਨਹੀਂ ਹਟਦੇ ਉਹ ਬੋਲੀਆਂ ਨੇ ਰਹਿਣੇ ਹੋ ਇਹ ਬੱਬਰ ਦਾ ਨੰਬਰ ਹੈਗਾ ਉਹ ਫੋਨ ਨਹੀਂ ਚੱਕ ਰਿਹਾ ਉਹ ਸਾਰੇ ਮੋਦੀ ਦੇ ਬੰਦੇ ਆ ਯਾਰ ਪੱਗ ਬੰਨ ਕੇ ਆ ਗਏ ਆਈਟੀ ਸੈਲ ਦਾ ਬੰਦਾ ਹੋਏ ਪੁਲਿਸ ਦਿਖਾ ਇੱਥੇ ਫਿਰ ਯਾਰ ਮਾਰ ਦਿੰਦੇ ਜੇ ਮਾਰਨ ਦਾ ਮਾਰ ਦੇਣਗੇ ਉਹ ਵੀ ਮਰੇ ਪਿਓ ਜ਼ਮੀਨ ਤੁਹਾਡੇ ਕੋਲ ਨਹੀਂ ਰਹੀ ਆਤਮਾਈ ਸ਼ਿਕਾਰ ਚ ਕਰ ਰਿਹਾ ਨੂੰ ਜੇ ਕੋਈ ਮਾਰ ਦੂ ਤਾਂ ਮਾਰ ਦੇ ਯਾਰ ਫਿਰ ਆ ਗੱਲ ਸਹੀ ਆ ਜ਼ਮੀਨ ਤੁਹਾਡੇ ਕੋਲ ਨਹੀਂ ਰਹੀ ਅੱਜ ਤਾਂ ਤੁਹਾਡੀ ਲੁੱਟ ਕੇ ਲੈ ਕੇ ਪੱਲੇ ਕੀ ਰਹਿ ਗਿਆ ਫਿਰ ਅੱਜ ਮਰ ਜਾਓ ਯਾਰ ਨਾਲੇ ਏਡੀ ਖੇਡ ਨਹੀਂ ਪਈ ਹੈਗੀ ਜਿੱਥੇ ਕੋਈ ਆਵਾਜ਼ ਨਹੀਂ ਝਾਕਦਾ ਦੁਨੀਆ ਲੈਵਲ ਦਾ ਸ਼ਿਕਾਰ ਹੋ ਚੁੱਕਿਆ ਇੰਟਰਨੈਸ਼ਨਲ ਲੈਵਲ ਤੇ ਮਸਲਾ ਵਿਚਾਰਿਆ ਜਾ ਰਿਹਾ ਇੰਟਰਨੈਸ਼ਨਲ ਅਖਬਾਰਾਂ ਸਾਡੇ ਇਕੱਠ ਨੂੰ ਕਵਰ ਕਰ ਰਹੀਆਂ ਨੇ ਏਡਾ ਪੀਸਫੁਲ ਏਡੀ ਸਫਾਈ ਵਾਲਾ ਸੰਘਰਸ਼ ਤੜਕੇ ਉੱਠ ਕੇ ਤੇ ਮਾਹੌਲ ਦੇਖਿਆ ਕਰੋ ਹਰੇਕ ਲੰਗਰ ਵਾਲਾ ਹਰੇਕ ਟਰਾਲੀ ਵਾਲਾ ਪਹਿਲਾਂ ਆਲੇ ਦੁਆਲੇ ਮਾਂਜਾ ਮਾਰਦਾ ਫੋਕਰ ਮਾਰਦਾ ਸਫਾਈ ਕਰਦਾ ਕੂੜਾ ਇੱਥੇ ਨਾਂ ਨਿਸ਼ਾਨ ਨਹੀਂ ਹੈ ਕੂੜੇ ਦਾ ਇਹਦਾ ਸਾਡਾ ਘਰ ਬਣ ਗਿਆ ਘਰ ਆ ਅਸੀਂ ਉਵੇਂ ਸਫਾਈ ਰੱਖਦੇ ਆ ਆ ਦੇਖ ਲਓ ਹੁਣ ਇੱਥੋਂ ਹੀ ਦੇਖ ਲਓ ਬਾਈ ਹੁਣ ਚਾਹ ਹੁਣ ਵੀ ਲਿਆਏ ਆ ਦੇਖ ਲਓ ਅਸੀਂ ਵੀ ਕਹਿ ਲਓ ਆ ਵੀਰੇ ਸੰਘਰਸ਼ ਦੀਆਂ ਜਿਹੜੀਆਂ ਸਾਰੇ ਕੱਟ ਦੇ ਉਹ ਨਹੀਂ ਮਸਲਾ ਹੈ ਸੰਘਰਸ਼ ਦਾ ਵੀ ਇੱਥੇ ਕੱਲੀ ਇਹ ਸੰਘਰਸ਼ ਦੀ ਗੱਲ ਹੋ ਰਹੀ ਆ ਇਸ ਸੰਘਰਸ਼ ਦੀ ਦੁਨੀਆ 'ਚ ਇਹ ਵੀ ਗੱਲ ਹੋ ਰਹੀ ਆ ਵੀ ਏਡਾ ਸ਼ਾਂਤ ਤੇ ਏਡਾ ਸਫਾਈ ਇੰਨਾ ਅਨੁਸ਼ਾਸਨ ਇੰਨਾ ਵਧੀਆ ਪ੍ਰੋਟੈਸਟ ਆ ਜਿਹੜਾ ਦੁਨੀਆ ਲਈ ਮਿਸਾਲ ਬਣ ਜਾਣਾ ਇਹ ਹੁਣ ਦੁਨੀਆ ਦਾ ਸੰਘਰਸ਼ ਬਣ ਚੁੱਕਿਆ ਜਿਹੜੀ ਇਹ ਸਟੇਜ ਆ ਯੂਨੀਵਰਸਲ ਹੋ ਚੁੱਕੀ ਆ ਇੱਕ ਗੱਲ ਵੀ ਆਪਣਾ ਨਾ ਐਨਆਰਆਈ ਆਪਾਂ ਨੂੰ ਬਹੁਤ ਜ਼ਿਆਦਾ ਫੋਨ ਕਰ ਰਹੇ ਆ ਵੀ ਰਾਸ਼ਨ ਪਾਣੀ ਲੱਗਣਾ ਵਾਸਤੇ ਉਹ ਇੱਥੋਂ ਦਾ ਕਿਹੜਾ ਮੀਡੀਆ ਵਾ ਜ਼ਿਆਦਾਤਰ ਲੰਗਰ ਹੀ ਦਿਖਾ ਰਿਹਾ ਬਾਹਰ ਕੰਟਰੀਆਂ ਨੂੰ ਲੰਗਰ ਦੀਆਂ ਜ਼ਿਆਦਾ ਦਿਖਾ ਰਿਹਾ ਵੀਡੀਓ ਹਨਾ ਉਹ ਕਹਿੰਦੇ ਵੀ ਦੱਸੋ ਸਮਾਨ ਕੀ ਭੇਜੀਏ ਕੀ ਭੇਜੀਏ ਇੱਕ ਮੈਂ ਤੁਹਾਨੂੰ ਗੱਲ ਕਹਿਣਾ ਚਾਹੁੰਦਾ ਵੀ ਤੁਸੀਂ ਉਹਨਾਂ ਨੂੰ ਇੱਕ ਇਹ ਸੰਦੇਸ਼ ਦਿਓ ਵੀ ਕਿਹੜਾ ਲੰਗਰਾਂ ਦਾ ਸਮਾਨ ਤਾਂ ਛੇ ਛੇ ਮਹੀਨੇ ਦਾ ਸਾਡੇ ਕੋਲ ਇਕੱਠਾ ਹੋ ਗਿਆ ਕਿਹੜੀ ਵੀ ਸੇਵਾ ਭੇਜਣੀ ਕਿਹੜੇ ਆਪਣੇ ਸ਼ਹੀਦ ਹੋਏ ਆ ਵੀ ਉਹਨਾਂ ਦੇ ਘਰਾਂ ਦੇ ਵਿੱਚ ਭੇਜੋ ਸਿੱਧੇ ਹਨਾ ਇਹ ਜ਼ਰੂਰੀ ਮਾਲ ਲਾਜ਼ਮੀ ਮਾੜਾ ਜਿਹਾ ਕਰੋ ਯਾਰ ਇੱਕ ਹੋਰ ਸਾਬਰ ਰੱਖੋ ਇੱਕ ਤੁਹਾਡੇ ਅੱਗ ਬਾੜੀ ਲੱਗੀ ਪਈ ਆ ਵੀ ਕੀ ਨਿਬੜ ਗਿਆ ਯਾਰ ਫੈਸਲਾ ਹੋ ਗਿਆ ਇਹ ਆਏ ਨਹੀਂ ਰੋਟੀ ਲੈਣੀ ਤਵੇ ਤੋਂ ਤਾਂ 6 ਮਹੀਨੇ ਵੀ ਲੱਗ ਸਕਦੇ ਆ ਇੱਕ ਗੱਲ ਕਹਿ ਗਈ ਆ ਹੁਣ 6 ਮਹੀਨੇ ਕਹਿ ਕੇ 6 ਮਹੀਨੇ ਦਾ ਕਹਿ ਕੇ ਆ ਆਪਾਂ ਆਪਦੀ ਜਵਾਨ ਦੀ ਆਪਦੀ ਉਹਦੀ ਵੀ ਇੱਜ਼ਤ ਰੱਖੀਏ ਨਾ ਆਪਾਂ ਥਾਂ ਥਾਂ ਦਾ ਆਪਾਂ ਗਿਆ ਮੁੱਢੋਂ ਹਰੇਕ ਦੇ ਮੂਹਰੇ ਮੈਂ ਕਰੇ ਤੋਂ ਵੀ 6 ਮਹੀਨੇ ਦਾ ਰਾਸ਼ਨ ਲੈ ਕੇ ਹੁਣ ਬਹਿ ਜਾਓ ਹੁਣ ਦੱਸਾਂ ਕਿਹੜਾ ਮਸਲਾ ਹੁਣ ਇਹਦਾ ਤੇ ਇੱਕ ਗੱਲ ਹੋਰ ਆ ਉਹੀ ਨਾ ਝੰਡੇ
ਰਜਾਈਆਂ 'ਚ ਬਹਿ ਕੇ ਕਮੈਂਟ ਨਾ ਕਰੋ ਲੋਕ ਮੁੜ ਕੇ ਆਓਗੇ ਇੱਥੇ ਆ ਕੇ ਦੇਖੋ ਇੰਨੇ ਬੰਦੇ ਆ ਕੇ ਆਪਾਂ ਜਾਣਾ ਚਾਹੁੰਦਾ ਪਿੰਡ ਜਾਣਾ ਚਾਹੁੰਦਾ ਅਸੀਂ ਦਵਾਣੇ ਨਹੀਂ ਆ ਨੌਜਵਾਨ ਮੁੰਡੇ ਨੇ ਬਾਈ ਸਾਰੇ ਦੇ ਮਸਲਾ ਹੀ ਨਹੀਂ ਇੱਥੇ ਦਾ ਜੀ ਗੱਲ ਹੀ ਨਹੀਂ ਅਫਵਾਹਾਂ ਹੋਰ ਬਣਾ ਦੇ ਗੱਲਾਂ ਹੋਰ ਨੇ ਲੋਕਾਂ ਨੂੰ ਦੱਸੀ ਹੋਰ ਜਾਂਦੇ ਆ ਗੱਲ ਬਾਈ ਇੱਕ ਮੈਸੇਜ ਆ ਰਿਹਾ ਵੀ ਗੱਲ ਬਾਈ ਜਿਹੜੇ ਜੀਓ ਦੇ ਸਿਮ ਨੇ ਉਹ ਬਹੁਤ ਦੇ ਉਹਦੇ ਵਾਲੇ ਕਹਦੇ ਵੀ ਚੇਂਜ ਕਰਨ ਨਹੀਂ ਕਰੀ ਜਾਂਦੇ ਨੇ ਲੋਕ ਜਿੰਨੇ ਲੋਕਾਂ ਤੱਕ ਗੱਲ ਪਹੁੰਚ ਗਈ ਆ ਹੋਰ ਲੈਂਸ ਦਾ ਆਪਣੀ ਸਟੇਜ ਤੋਂ ਬਾਈਕਾਟ ਹੋਇਆ ਜੁਨੀਅਰ ਦੀ ਸਟੇਜ ਤੋਂ ਤਾਂ ਨਾਲ ਦੀ ਨਾਲ ਸਾਰਿਆਂ ਨੇ ਕੀਤਾ ਜਿਹੜੇ ਰਹਿ ਵੀ ਗਏ ਉਹ ਵੀ ਕਰਾਓ ਪੋਰਟ ਜਮਾਂ ਇਹਨਾਂ ਨੂੰ ਧੌਰ ਤੱਕ ਸੇਕ ਲੱਗੇ ਉੱਤੇਦਾਰ ਲੈਂਸ ਵਾਲਿਆਂ ਨੇ ਕੇਸ ਕੀਤਾ ਭਾਜੀ ਸੇਕ ਲੱਗ ਗਿਆ ਉਹਨੇ ਕੇਸ ਕਰਤਾ ਮੋੜਾ ਹੁਣ ਤੇ ਹੁਣ ਉਹ ਗੱਲਾਂ ਤਾਂ ਰਹੀ ਨਹੀਂ ਗਈਆਂ ਯਾਰ ਵੀ ਐਂ ਕਰੋ ਜਾ ਕਰੋ ਤਾਂ ਸਾਰਾ ਕੁਝ ਹੋ ਹੀ ਜਾਂਦਾ ਹੁਣ ਤਾਂ ਸਿਰਫ ਇੱਥੇ ਆਇਓ ਜੇ ਆਇਆ ਜਾਂਦਾ अडानी का बाइकाट कर रहे जरूर ध्यान रखो जो भी देख के लो समान कोई भी प्रोडक्ट लेने चीज देख के लो फॉर्चून जी ਬੇਨਤੀ ਆ ਵੀ ਆਪਾਂ ਇਹਨਾਂ ਦਾ ਬਾਈਕਾਟ ਕਰਨਾ ਤਾਂ ਉਹਨੂੰ ਪ੍ਰੋਪਰ ਕਰੀਏ ਹਰ ਚੀਜ਼ ਖਰੀਦਣ ਲੱਗੇ ਹੁਣ ਧਿਆਨ ਮਾਰੋ ਹੁਣ ਇੰਨੇ ਐਕਸਚੇਂਜ ਹੋ ਜਾਓ ਜੇ ਸਾਬਣ ਦੀ ਟਿੱਕੀ ਲੈਣੀ ਉਹ ਵੀ ਪੜ੍ਹ ਕੇ ਦੇਖਿਆ ਕਰੋ ਕਿਹੜੀ ਕੰਪਨੀ ਦੀ ਆ ਜਦੋਂ ਬਾਈਕਾਟ ਹੀ ਕਰਨਾ ਤਾਂ ਫਿਰ ਕਰਨਾ ਹੀ ਆ ਇੱਕ ਬਾਈ ਤੂੰ ਕੈਨੇਡਾ ਤੋਂ ਆਇਆ ਹੈਗਾ ਉੱਥੇ ਜਿਹਦੇ ਕੈਨੇਡਾ ਦੇ ਲੋਕ ਕੀ ਮਹਿਸੂਸ ਕਰ ਰਹੇ ਆ ਉਹਦੇ ਬਾਰੇ ਦੱਸ ਦੇ ਮਾੜਾ ਜਿਹਾ ਜਾਣਨਾ ਪਾ ਕੱਲੀ ਕੈਨੇਡਾ ਨਹੀਂ ਜਿਹੜਾ ਵੀ ਬੰਦਾ ਇਸ ਧਰਤੀ ਤੋਂ ਦੂਰ ਬੈਠਾ ਨਾ ਕੈਨੇਡਾ ਅਮਰੀਕਾ ਆਸਟ੍ਰੇਲੀਆ ਨਿਊਜ਼ੀਲੈਂਡ ਜਰਮਨ ਜਿੱਥੋਂ ਤੱਕ ਪੰਜਾਬੀ ਭਾਈਚਾਰਾ ਸਪੇਨ ਤੱਕ ਬੈਠਾ ਹਰ ਬੰਦਾ ਤੜਪ ਰਿਹਾ ਹਰ ਚਾਹੁੰਦਾ ਮੈਂ ਆਵਾਂ ਕਿਸੇ ਤੋਂ ਮਜਬੂਰੀ 'ਚ ਆਇਆ ਜਾਂਦਾ ਕਿਸੇ ਤੋਂ ਨਹੀਂ ਆਇਆ ਜਾਂਦਾ ਪਰ ਹਰ ਸਾਡੇ ਇਸ ਬਲੱਡ ਦਾ ਲੂੰ ਲੂੰ ਤੜਪ ਰਿਹਾ ਮਿੱਟੀ ਨਾਲ ਜੁੜੇ ਬੰਦੇ ਦਾ ਖੇਤੀ ਨਾਲ ਜੁੜੇ ਬੰਦੇ ਦਾ ਇਸ ਧਰਮ ਕੌਮ ਨਾਲ ਜੁੜੇ ਬੰਦੇ ਦਾ ਲੂੰ ਲੂੰ ਇਸ ਗੱਲ ਲਈ ਤੜਪ ਰਿਹਾ ਅਤੇ ਉਹ ਆਪਣੇ ਨੂੰ ਵੱਧ ਕੇ ਜ਼ੋਰ ਲਾ ਰਹੇ ਉੱਥੇ ਉਹਨਾਂ ਨੇ ਮੋਦੀ ਦੀਆਂ ਬੇਸੀਆਂ ਮੂਹਰੇ ਜਾ ਜਾ ਕੇ ਅਤੇ ਜਿਹੜੇ ਪ੍ਰੋਟੈਸਟ ਕੀਤੇ ਨੇ ਹਿੱਲਿਆ ਪਿਆ ਸਿਸਟਮ ਸਾਰਾ ਸਹੀ ਗੱਲ ਸਹੀ ਆ ਇਹਦਾ ਸਿਰਫ ਹੁਣ ਆਪਣਾ ਸਬਰ ਪਰਖਦੇ ਨੇ ਇਹਨਾਂ ਨੂੰ ਆਏ ਆ ਕਦੇ ਵੀ ਇਹ ਠੰਡ 'ਚ ਉੱਠ ਜਾਣਗੇ ਜੇ ਕਦੇ ਆਏ ਮੰਨ ਜਾਣਗੇ ਇਹ ਇਹ ਭੁੱਲ ਜਿਓ ਸਰਕਾਰੇ ਭੁਲੇਖੇ ਜੇ ਉਹ ਦਾਦੀ ਦੇ ਪੋਤੇ ਨੇ ਠੰਡੇ ਬੁਰਜ 'ਚ ਰਾਤਾਂ ਕੱਟਣ ਵਾਲੀ ਦਾਦੀ ਦੇ ਪੋਤੇ ਪੋਤੀਆਂ ਨੇ ਇਹਨਾਂ ਨੇ ਨਹੀਂ ਜਾਣਾ ਜਿਹੜਾ ਬੰਦਾ ਅੱਜ ਘਰ ਰਹਿ ਗਿਆ ਸਾਰੀ ਜ਼ਿੰਦਗੀ ਨੂੰ ਪਛਤਾਵਾ ਰਹਿਣਾ ਏਦਾਂ ਹੀ ਇਸ ਚੀਜ਼ ਦਾ ਇਤਿਹਾਸ ਲਿਖਿਆ ਜਾਣਾ ਪੰਜਾਬੀਓ ਇਹ ਤੁਹਾਨੂੰ ਅਸੀਂ ਅੱਜ ਦੱਸ ਦਿੰਦੇ ਹਾਂ ਸਟਾਮ ਤੇ ਲਿਖਾ ਲਓ ਮੇਰੇ ਤੋਂ ਜਦੋਂ ਇਸ ਦਾ ਜ਼ਿਕਰ ਹੋਇਆ ਕਰੂ ਨਾ ਕਿਤਾਬਾਂ 'ਚ ਬੱਚਿਆਂ ਨੂੰ ਪੜ੍ਹਾਇਆ ਜਾਇਆ ਕਰੂ ਤਾਂ ਤੁਹਾਡੇ 'ਤੇ ਗੱਦਾਰੀ ਦਾ ਨਾਮ ਆਇਆ ਕਰੂ ਇਹ ਕਿਆ ਕਰੂ ਵੀ ਭਾਈ ਗਏ ਨਹੀਂ ਬਾਕੀ ਉਹ ਲੱਖੇ ਵਾਲੀ ਗੱਲ ਵੀ ਰਿਸ਼ਤੇ ਹੁਣ ਐਂ ਹੋਇਆ ਕਰਨੇ ਆ ਜ਼ਮੀਨ ਨਹੀਂ ਪੁੱਛਣਾ ਐਂ ਪੁੱਛਣਾ ਮੁੰਡੇ ਦਾ ਜ਼ਮੀਰ ਹੈਗਾ ਇਹ ਦਿੱਲੀ ਗਿਆ ਸੀ ਧਰਨੇ 'ਤੇ ਐਂ ਰਿਸ਼ਤੇ ਹੋਇਆ ਕਰਨੇ ਆਉਣ ਵਾਲੇ ਸਮੇਂ 'ਚ ਸੋ ਇਸ ਲਈ ਹੁੰਮ ਹਮਾ ਕੇ ਆ ਜਾਓ ਯਾਰ ਹੁਣ ਅਸੀਂ ਵਾਰ ਵਾਰ ਤਾਂ ਕਹਿਣਾ ਨਹੀਂ ਬਾਕੀ ਐਨ ਆਰ ਆਈਆਂ ਦੀ ਗੱਲ ਬਾਈ ਗਿੱਲ ਨੂੰ ਤਾਂ ਵੀ ਤਾਂ ਹੀ ਆਇਆ ਪਰਸੋਂ ਕੈਨੇਡਾ ਤੋਂ ਸਿੱਧਾ ਜੇ ਦਿਲ 'ਚ ਪੀੜ ਸੀ ਵੀ ਐਨ ਆਰ ਆਈ ਆ ਰਹੇ ਆ ਬਾਕੀ ਹਾਂ ਬਾਈ ਕੀ ਕਹਿੰਦੇ ਜਿਹੜੀ ਗੱਲ ਨਾ ਘਰਾਂ 'ਚ ਕਈ ਵਾਰੀ ਨਾ ਮਾਈਆਂ ਨੂੰ ਮੇਰੀ ਬੇਬੀਆਂ ਨੂੰ ਮਾਤਾ ਨੂੰ ਮੈਂਟਲੀ ਹੱਥ ਬੰਨ ਕੇ ਬੇਨਤੀ ਆ ਮੈਂ ਤੁਹਾਡਾ ਕਿਸੇ ਇੱਕ ਰੱਤੀ ਭਰ ਵੀ ਝੂਠ ਨਹੀਂ ਮਾਰਨਾ ਚਾਹੁੰਦਾ ਮੈਂ ਨਹੀਂ ਚਾਹੁੰਦਾ ਕਿਸੇ ਮਾਈ ਦਾ ਪੁੱਤ ਉਹੀ ਮੈਂ ਕਿਸੇ ਗੱਲ ਕਰਕੇ ਜਾਣ ਗਵਾ ਦਿਆਂ ਪਰ ਸੱਚੀ ਬੀਬੀ ਇੱਥੇ ਫਿਕਰ ਵਾਲੀ ਗੱਲ ਹੀ ਕੋਈ ਨਹੀਂ ਤੁਸੀਂ ਜਵਾਕਾਂ ਨੂੰ ਕਿਹੜੇ ਕਰਕੇ ਤੁਹਾਨੂੰ ਜਮਾਂ ਹੀ ਕੋਈ ਗੱਲ ਬੋਲੇ ਸੋ ਨਿਹਾਲ ਗੋਲੀ ਚੱਲਣ ਦਾ ਤੇ ਆਪ ਕੁਰਬਾਨੀ ਕਰਨ ਦਾ ਕਿੱਡਾ ਫਰਕ ਇਹਨਾਂ ਨੂੰ ਬਾਹਰ ਨਹੀਂ ਕਹਿੰਦੇ ਅਸੀਂ ਸਰੇਆਮ ਜਲੂਸ ਕੱਢ ਦੇਣਾ ਕਿਹੜਾ ਕੁਝ ਹੋਊ ਵੇਖੀ ਇੱਕ ਗੱਲਾ ਉਹ ਗੱਲ ਸੁਣਾ ਜਦੋਂ ਰਾਜ ਕਾਕੜਾ ਕੈਨੇਡਾ ਤੋਂ ਇੱਧਰ ਆਉਂਦਾ ਸੀਗਾ ਤੂੰ ਉਹਨੂੰ ਚੜਾਉਣ ਆਇਆ
ਜਾ ਮੀਡੀਆ ਮੁੜਿਆ ਫਲਾ ਆਉਂਦਾ ਗਾ ਇੱਥੇ ਕੋਈ ਫੌਜ ਨੀ ਕੋਈ ਪੁਲਿਸ ਨੀ ਜਿਹੜੇ ਦਿਨੇ ਖਬਰ ਚੱਲੀ ਆ ਬੱਬਰ ਨੇ ਚਲਾਈ ਆ ਅਸੀਂ ਉਸੇ ਦਿਨ ਨਾ ਅਸੀਂ ਬਾਰਡਰ ਤੇ ਵਾ ਕੇ ਜਮਾਂ ਜਿੱਥੇ ਫੌਜ ਖੜੀ ਆ ਕੀ ਗੱਲ ਬਾਤ ਚੱਲ ਰਹੀ ਆ ਬਾਰਡਰ ਤੱਕ ਜਾ ਕੇ ਆ